ਫਿਲੌਰ ਦੇ ਪਿੰਡ ਨਗਰ ਚ ਦਿਨ ਦਿਹਾੜੇ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰੇ ਗਏ ਵੈਸਟਰਨ ਯੂਨੀਅਨ ਦੇ ਮਾਲਿਕ ਗੁਰਵਿੰਦਰ ਲਾਲ ਦੀ ਲਾਸ਼ ਦਾ ਪੋਸਟਮਾਰਟਮ ਡਾਕਟਰਾਂ ਦੀ ਟੀਮ ਵੱਲੋਂ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਡਾਕਟਰ ਨੇ ਮੀਡੀਆ ਸਾਹਮਣੇ ਪੋਸਟਮਾਰਟਮ ਰਿਪੋਰਟ ਦਾ ਖੁਲਾਸਾ ਕੀਤਾ। ਗੁਰਵਿੰਦਰ ਸਿੰਘ ਯੰਗ ਉਹਦੀ ਡੈਡ ਬੋਡੀ ਲੈ ਕੇ ਆਏ ਸੀ ਪੁਲਿਸ, ਤੇ ਉਹਦੀ ਪੋਸਟਮਾਰਟਮ ਅਸੀਂ ਹੁਣੇ ਕਰਕੇ ਛੱਡਿਆ, ਮੈਡੀਕਲ ਬੋਰਡ ਨੇ ਕੀਤਾ। ਉਹਦੇ ਬੋਡੀ ਦੇ ਵਿੱਚੋਂ ਇੱਕ ਮੈਟੈਲਿਕ ਫੋਰਨ ਬੋਡੀ ਸਾਨੂੰ ਲੱਭੀ ਸੀ, ਉਹ ਬਾਕੀ ਤਾਂ ਪੁਲਿਸ ਨੂੰ ਹੈਂਡ ਓਵਰ ਕਰ ਦਿੱਤੀ ਹੈ। ਉਹ ਨੈਚੁਰਲੀ ਹੁਣ ਬੈਲਿਸਟਿਕ ਐਕਸਪਰਟਸ ਤੋਂ ਓਪੀਨੀਅਨ ਲੈਣਗੇ ਉਹਦੇ ਬਾਰੇ। ਬਾਕੀ ਕੌਜ਼ ਆਫ ਡੈਥ ਹੈ ਜਿਹੜਾ, ਉਹ ਵੀ ਇਵੈਂਚੁਅਲੀ ਫਿਰ ਉਹ ਵਿਸਰਾ ਦੀ ਰਿਪੋਰਟ ਸਾਰਾ ਨਾਲ ਲਾ ਕੇ ਅਤੇ ਉਹ ਅਸੀਂ ਡਿਕਲੇਅਰ ਕਰ ਦਿਆਂਗੇ। ਮੌਤ ਦੇ ਕਾਰਨਾਂ ਦਾ ਕੁਛ ਪਤਾ ਲੱਗਾ ਨਹੀਂ ਹਜੇ, ਫਿਲਹਾਲ ਫਾਈਨਲ ਓਪੀਨੀਅਨ ਤਾਂ ਸਾਰੇ ਰਿਪੋਰਟਸ ਆਉਣ ਤੋਂ ਬਾਅਦ ਹੀ ਦਿਆਂਗੇ ਅਸੀਂ। ਬੋਡੀ 'ਚ ਗੋਲੀ ਮਿਲੀ ਜੀ? ਉਹ ਫੋਰਨ ਬੋਡੀ ਹੈਗੀ ਸੀ ਇੱਕ ਮੈਟੈਲਿਕ, ਅਤੇ ਬਾਕੀ ਉੱਤੇ ਬੁਲੇਟ ਹੈ ਜੋ ਵੀ ਉਹ ਕਮੈਂਟ ਬੈਲਿਸਟਿਕ ਵਾਲੇ ਦੇ ਸਕਣਗੇ ਜ਼ਿਆਦਾ ਅਪਰੋਪਰੀਏਟਲੀ। ਇਸੇ ਸੰਬੰਧ ਵਿੱਚ SSP ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੇ ਆਪਣੀ ਪੁਲਿਸ ਟੀਮ ਦੇ ਨਾਲ ਘਟਨਾ ਵਾਲੀ ਦੁਕਾਨ ਦਾ ਦੌਰਾ ਕਰਕੇ ਘਟਨਾ ਸਥਾਨ ਦੀ ਜਾਂਚ ਕੀਤੀ। ਸਾਰਾ ਇਹਨੂੰ ਸਾਇੰਟਿਫਿਕ ਤਰੀਕੇ ਨਾਲ, ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਟ ਕਰ ਰਹੇ ਹਾਂ ਔਰ ਡਿਫਰੈਂਟ ਸਾਰੇ ਜਿਹੜੇ ਐਂਗਲਸ ਹੈ ਕ੍ਰਾਈਮ ਦੇ ਉਹ ਸਾਰੇ ਕਵਰ ਕਰ ਰਹੇ ਹਾਂ। ਉਸੇ ਕਰਕੇ ਮੈਂ ਆਪ ਖੁਦ ਆਇਆ ਤਾਂ ਕਿ ਸਾਰੀਆਂ ਆਪਣੀਆਂ ਵੱਖ ਵੱਖ ਜਿਹੜੀਆਂ ਟੀਮਾਂ ਨੂੰ ਵੱਖ ਵੱਖ ਟਾਸਕ ਦਿੱਤੇ, ਉਹਨਾਂ ਨਾਲ ਡਿਸਕਸ ਕਰਕੇ ਉਹਨਾਂ ਨੂੰ ਅੱਗੇ ਅਸੀਂ ਆਪਣੀ ਸਟ੍ਰੈਟਜਾਈਜ਼ ਕਰਕੇ ਸੋ ਦੈਟ ਅਸੀਂ ਜਲਦੀ ਹੀ ਇਸ ਗੱਲ ਨੂੰ ਟਰੇਸ ਕਰ। ਜਿਹੜੇ ਕਾਤਲ ਹੈ ਕਹਿੰਦੇ ਵੀ ਗੱਡੀ ਵਿੱਚ ਆਏ ਸੀਗੇ? ਦੇਖੋ ਭਾਈ ਸਾਹਿਬ, ਇਹ ਗੱਲਾਂ ਸਾਰੀਆਂ ਇਨਵੈਸਟੀਗੇਸ਼ਨ ਦੀਆਂ, ਇਹਦੇ ਬਾਰੇ ਕਹਿਣਾ ਵੈਸੇ ਹੀ ਵਾਜਬ ਨਹੀਂ ਹੈ ਮੇਰੇ ਵਾਸਤੇ, ਪਰ ਇੱਕ ਤੁਹਾਨੂੰ ਜ਼ਰੂਰ ਮੈਂ ਵਿਸ਼ਵਾਸ ਦਵਾਉਂਦਾ ਕਿ ਜਲਦੀ ਤੋਂ ਜਲਦੀ ਅਸੀਂ ਇਹਨੂੰ ਟਰੇਸ ਕਰਾਂਗੇ। ਜ਼ਿਕਰਯੋਗ ਹੈ ਕਿ ਦਿਨ ਦਿਹਾੜੇ ਇਸ ਗੁੰਡਾਗਰਦੀ ਦੇ ਗੰਦੇ ਨਾਚ ਤੋਂ ਬਾਅਦ ਆਮ ਜਨਤਾ ਵਿੱਚ ਆਪਣੀ ਸੁਰੱਖਿਆ ਨੂੰ ਲੈ ਕੇ ਖੌਫ ਬਣਿਆ ਹੋਇਆ ਹੈ। ਫਿਲੌਰ ਤੋਂ ਪ੍ਰਦੀਪ ਰਾਜਾ ਦੀ ਰਿਪੋਰਟ।